ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਅਮਰੀਕ ਸਿੰਘ ਬੰਗੜ। ਮੈਂ ਆਮ ਆਦਮੀ ਪਾਰਟੀ ਦੇ ਆਗੂ ਤੌਰ 'ਤੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। 2022 'ਚ ਕਿਵੇਂ ਦਾ ਵਿਕਾਸ, ਕਿਵੇਂ ਦੀ ਸਰਕਾਰ, ਕਿਵੇਂ ਦਾ ਸਾਥ? ਦੇਖੋ, 2022 ਦੇ ਵਿੱਚ ਜਿਹੜੀ ਸਰਕਾਰ ਬਣੇਗੀ, ਨਵੀਂ ਸਰਕਾਰ ਬਣੇਗੀ, ਉਹਦੇ ਲਈ ਚੁਣੌਤੀਆਂ ਵੀ ਬਹੁਤ ਹੋਣਗੀਆਂ, ਕਿਉਂਕਿ ਪਿਛਲੇ 70 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਮਤਲਬ ਕਦੇ ਅਕਾਲੀ ਆਏ ਨੇ, ਕਦੇ BJP ਆਏ ਨੇ, ਅਤੇ ਕਦੇ ਕਾਂਗਰਸ ਆਉਂਦੀ ਹੈ। ਇਹਨਾਂ ਨੇ ਰਲ ਮਿਲ ਕੇ ਸਰਕਾਰਾਂ ਬਣਾ ਰਹੇ ਨੇ, ਅਤੇ ਮਤਲਬ ਜੋ ਅਕਾਲੀਆਂ ਨੇ 10 ਸਾਲ ਪਿਛਲੇ ਸਾਲ ਦੀ ਗੱਲ ਕਰ ਲਈਏ, ਇਹਨਾਂ ਨੇ ਹਰ ਇੱਕ ਵਰਗ ਦੇ ਵਿੱਚ ਕੰਮਾਂ ਵਿੱਚ ਫੇਲ ਹੋਏ ਨੇ। ਡਿਵੈਲਪਮੈਂਟ ਦਾ ਕੋਈ ਕੰਮ ਨਹੀਂ ਕੀਤਾ, ਇਹਨਾਂ ਨੇ ਲੋਕਾਂ ਨੂੰ ਲੁੱਟਿਆ ਅਤੇ ਕੁੱਟਿਆ ਵੀ ਹੈ, ਘਸੀਟਿਆ ਵੀ ਹੈ, ਕਿਉਂਕਿ ਉਹਨਾਂ ਨੀਤੀਆਂ ਨੂੰ ਦੇਖਦੇ ਹੋਏ ਜਿਹੜੀ ਮਤਲਬ 2017 ਦੇ ਵਿੱਚ ਕਾਂਗਰਸ ਪਾਰਟੀ ਸਰਕਾਰ ਬਣੀ ਸੀਗੀ, ਕਾਂਗਰਸ ਪਾਰਟੀ ਤੋਂ ਲੋਕਾਂ ਨੂੰ ਬਹੁਤ ਉਮੀਦਾਂ ਸਨ ਕਿ ਇਹ ਲੋਕਾਂ ਦੇ ਹਿੱਤ ਦੀ ਗੱਲ ਕਰੇਗੀ, ਲੋਕ ਹਿੱਤ ਦੀ ਗੱਲ ਕਰੇਗੀ। ਪਰ ਇਹ ਸਰਕਾਰ ਜਦੋਂ ਦੀ ਆਈ ਆ, ਇਹਨਾਂ ਨੇ ਸਿਰਫ ਇੱਕੋ ਹੀ ਬਹਾਨਾ ਲਾਈ ਰੱਖਿਆ ਕਿ ਸਾਡੇ ਕੋਲ ਪੈਸੇ ਨਹੀਂ ਹੈ, ਫੰਡ ਨਹੀਂ ਹੈ, ਫੰਡ ਨਹੀਂ ਹੈ। ਜੇ ਫੰਡ ਨਹੀਂ ਹੈ ਤਾਂ ਫਿਰ ਇਹਨਾਂ ਨੇ ਵਾਅਦੇ ਕਿਉਂ ਕੀਤੇ? ਕਿਉਂ ਇਹਨਾਂ ਨੇ ਮਤਲਬ ਲੋਕਾਂ ਨੇ ਕਿਸਾਨ ਸੜਕੀ ਦੇ ਸੜਕਾਂ 'ਤੇ ਫਿਰਦਾ, ਮੁਲਾਜ਼ਮ ਸੜਕਾਂ 'ਤੇ ਫਿਰਦਾ, ਅਤੇ ਖੇਤ ਮਜ਼ਦੂਰ ਸੜਕਾਂ 'ਤੇ ਫਿਰਦਾ, ਹਰ ਵਰਗ, ਜਾਣੀ ਚਾਹੇ ਦਲਿਤ ਲਾ ਲਓ, ਦਲਿਤ ਵੀ ਅੱਜ ਸੜਕਾਂ ਦੇ ਉੱਤੇ ਫਿਰ ਰਹੇ ਨੇ। ਅਤੇ ਇਹਦੇ ਨਾਲ ਕੀ ਆ ਕਿ ਅੱਜ ਸਰਕਾਰ ਆਪਣਾ ਜਿਹੜਾ ਆਧਾਰ ਆ ਉਹ ਖੋ ਚੁੱਕੀ ਹੈ, ਅਤੇ 22 ਦੇ ਵਿੱਚ ਜਿਹੜੀਆਂ ਸਰਕਾਰਾਂ ਬਣਗੀਆਂ, ਬਣੇਗੀ ਨਵੀਂ ਸਰਕਾਰ, ਉਹਨੂੰ ਚੁਣੌਤੀਆਂ ਵੀ ਆਉਣਗੀਆਂ, ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਵੀ ਪੂਰੇ ਹੋਣ ਦੇ ਵਿੱਚ ਆ। ਅਸੀਂ ਦੇਖ ਰਹੇ ਹਾਂ ਪਿੰਡਾਂ ਵਿੱਚ ਜਾ ਕੇ, ਸਾਨੂੰ ਪਤਾ ਲੱਗ ਰਿਹਾ ਕਿ ਲੋਕ ਹੁਣ ਅਕਾਲੀਆਂ ਅਤੇ BJP ਤੋਂ ਵੀ ਦੁਖੀ ਨੇ ਅਤੇ ਕਾਂਗਰਸ ਤੋਂ ਵੀ ਦੁਖੀ ਨੇ। ਇਸ ਕਰਕੇ ਅੱਜ ਕਾਂਗਰਸ ਜਿਹੜੀ ਆਮ ਆਦਮੀ ਪਾਰਟੀ ਆ ਉਹਨੂੰ ਲੋਕ ਜਾਣ ਜਾ ਰਹੇ ਨੇ। ਆਮ ਆਦਮੀ ਪਾਰਟੀ ਦਾ ਜਿਹੜਾ ਮਨਸੂਬਾ, ਉਹਨਾਂ ਨੇ ਇੱਕੋ ਹੀ ਗੱਲ ਕਰੀ ਹੈ ਕਿ ਅਸੀਂ ਦਿੱਲੀ ਦਾ ਮਾਡਲ ਇੱਥੇ ਲੈ ਕੇ ਆਵਾਂਗੇ। ਦਿੱਲੀ ਦੇ ਵਿੱਚ 3 ਵਾਰ ਕੇਜਰੀਵਾਲ ਸਾਹਿਬ ਦੀ ਸਰਕਾਰ ਬਣੀ ਹੈ, ਇਸੇ ਕੰਮਾਂ ਦੇ ਆਧਾਰ 'ਤੇ ਬਣੀ ਹੈ। ਇਹ ਕਿੱਡੀ ਵੱਡੀ ਗੱਲ ਹੈ ਕਿ ਜਦੋਂ ਇਲੈਕਸ਼ਨ ਹੋਈਆਂ ਤਾਂ ਕੇਜਰੀਵਾਲ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਮੈਨੂੰ ਜੇ ਮੈਂ ਕੰਮ ਕੀਤਾ, ਮੇਰੇ ਕੰਮ ਦੇ ਆਧਾਰ ਨੂੰ ਬੇਸ ਮੰਨ ਕੇ ਜੇ ਮੈਂ ਕੰਮ ਕੀਤਾ ਤਾਂ ਤੁਸੀਂ ਮੈਨੂੰ ਵੋਟਾਂ ਪਾ ਦਿਓ, ਨਹੀਂ ਪਾਉਣੇ ਨਾ ਪਾਇਓ, ਕੋਈ ਗੱਲ ਨਹੀਂ। ਇਹੋ ਜਿਹੀ ਕਿਹੜੀ ਸਰਕਾਰ ਹੈ ਜਿਹੜੀ ਅੱਜ ਕਹੇਗੀ? ਕੈਪਟਨ ਅਮਰਿੰਦਰ ਸਿੰਘ ਕਹੇਗਾ ਇਹ ਗੱਲ ਵੀ ਮੈਨੂੰ ਕੰਮ ਦੇ ਆਧਾਰ 'ਤੇ ਮੈਂ ਵੋਟਾਂ ਪਾਓ ਜਾਂ ਨਾ ਪਾਓ, ਦੇਖੋ ਕੀ ਹੈ। ਇਸ ਕਰਕੇ ਉਹਨਾਂ ਦੇ ਬਹੁਤ ਵੱਡੇ ਆਪਣੇ ਆਮ ਆਦਮੀ ਪਾਰਟੀ ਦਾ ਬਹੁਤ ਵੱਡਾ ਏਮ ਹੈ ਪੰਜਾਬ ਨੂੰ ਮਤਲਬ ਖੁਸ਼ਹਾਲੀ ਦੇ ਵਾਲੇ ਪਾਸੇ ਲੈ ਕੇ ਜਾਣਾ, ਕਿਉਂਕਿ ਅੱਜ ਪੰਜਾਬ ਦਾ ਬੱਚਾ ਇਹਨਾਂ ਨੇ ਮਤਲਬ ਕਰਜ਼ਾ ਕੀਤਾ ਹੋਇਆ, ਕਰੋੜਾਂ ਅਰਬਾਂ ਰੁਪਇਆ ਜਿਹੜਾ ਮਤਲਬ ਅੱਜ ਇਹਨਾਂ ਨੇ ਕਰਜ਼ਾ ਕੀਤਾ ਚੜ੍ਹਿਆ ਹੋਇਆ। ਕਿਉਂਕਿ ਜੇ ਸਰਕਾਰਾਂ ਚੰਗੀਆਂ ਹੁੰਦੀਆਂ ਤਾਂ ਕਰਜ਼ੇ ਦੀ ਲੋੜ ਨਹੀਂ ਪੈਂਦੀ ਸੀ। ਇਹਨਾਂ ਨੇ ਸਾਰਾ ਸਿਸਟਮ ਪ੍ਰਾਈਵੇਟਾਈਜ਼ੇਸ਼ਨ ਕਰਕੇ ਇੱਕ ਜਿਹੜੀ ਆ ਪੂੰਜੀਵਾਦੀਆਂ ਦੇ ਕੋਲ ਇਹ ਸਾਡਾ ਮਤਲਬ ਜਿਹੜਾ ਪੰਜਾਬ ਦਾ ਖਜ਼ਾਨਾ ਸੀ ਦੇ ਦਿੱਤਾ ਉਹਨਾਂ ਨੂੰ। ਅੱਜ ਚਾਹੇ ਹੈਲਥ ਦੇ ਵਿੱਚ ਦੇ ਲਓ, ਚਾਹੇ ਇੰਡਸਟਰੀ ਦੇ ਵਿੱਚ ਦੇ ਲਓ, ਹਰ ਪਾਸੇ ਮਤਲਬ ਇਹ ਬਹੁਤ ਮਾੜਾ ਹਾਲ ਹੈ। ਇਹਨਾਂ ਜਿਹੜੀਆਂ ਨੀਤੀਆਂ ਨੂੰ ਦੇਖਦੇ ਹੋਏ ਉਹਨਾਂ ਦਾ ਪਹਿਲਾ ਸਭ ਤੋਂ ਵੱਡਾ ਜਿਹੜਾ ਉਹਨਾਂ ਦਾ ਮਿਸ਼ਨ ਹੈ ਆਮ ਆਦਮੀ ਪਾਰਟੀ ਦਾ, ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜੋ ਪ੍ਰਧਾਨ ਨੇ ਉਹਨਾਂ ਦੇ, ਉਹਨਾਂ ਦਾ ਜੋ ਅੱਜ ਮਿਸ਼ਨ ਹੈ ਉਹਨਾਂ ਦੇ ਇਹੀ ਹੈ ਕਿ ਸਭ ਤੋਂ ਪਹਿਲਾਂ ਐਜੂਕੇਸ਼ਨ ਸਿਸਟਮ ਅਸੀਂ ਇੱਥੇ ਠੀਕ ਕਰਨਾ। ਜਿਹੜਾ ਅੱਜ ਦੇਖੋ ਦਿੱਲੀ ਦੇ ਵਿੱਚ ਐਜੂਕੇਸ਼ਨ ਜਿਹੜਾ ਸਿਸਟਮ ਆ ਉਹਦੇ ਵਿੱਚ ਗਰੀਬ ਦਾ ਅਤੇ ਅਮੀਰ ਦਾ ਬੱਚਾ ਅੱਜ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਿਹਾ। ਇਹੋ ਜਿਹੇ ਸਕੂਲਾਂ ਦੇ, ਕੋਨਵੈਂਟ ਸਕੂਲਾਂ ਵਰਗੇ ਐਜੂਕੇਸ਼ਨ ਸਿਸਟਮ ਦੇ ਨਾਲ ਜਿਵੇਂ ਦਿੱਲੀ ਦੇ ਵਿੱਚ ਹੈਲਥ ਸਿਸਟਮ ਕੀਤਾ ਹੋਇਆ, ਅਤੇ ਅੱਜ ਉੱਥੇ ਮਤਲਬ ਮੁਹੱਲਾ ਕਲੀਨਿਕ ਖੋਲ੍ਹੇ ਗਏ ਨੇ, ਉਸੇ ਚੀਜ਼ ਨੂੰ ਅਸੀਂ ਇੱਥੇ ਪੰਜਾਬ ਦੇ ਵਿੱਚ ਵੀ ਕਰਨਾ ਚਾਹੁੰਦੇ ਹਾਂ। ਪਾਣੀ ਸਾਫ਼ ਮਿਲੇ ਉਹ ਵੀ ਅਸੀਂ ਕਰਨਾ ਚਾਹੁੰਦੇ ਹਾਂ। ਅਤੇ ਉਹ ਜੋ ਮਤਲਬ ਕਹਿਣ ਦਾ ਭਾਵ ਹੈ, ਦਿੱਲੀ ਦੇ ਵਿੱਚ ਜੋ ਸਿਸਟਮ ਚੱਲ ਰਿਹਾ ਉਹ ਸਿਸਟਮ ਨੂੰ ਅਸੀਂ ਮਾਡਲ ਮੰਨ ਕੇ ਅਸੀਂ ਪੰਜਾਬ ਦੇ ਵਿੱਚ ਕੰਮ ਕਰਾਂਗੇ, ਕਿਉਂਕਿ ਸਾਨੂੰ ਇਹ ਦੇਖ ਰਿਹਾ ਕਿ ਵੀ ਮਤਲਬ ਜਿਵੇਂ ਅਸੀਂ ਲੋਕਾਂ ਵਿੱਚ ਜਾ ਰਹੇ ਹਾਂ, ਆਮ ਆਦਮੀ ਪਾਰਟੀ ਨੂੰ ਅੱਜ ਲੋਕ ਬਹੁਤ ਪਸੰਦ ਕਰ ਰਹੇ ਨੇ, ਇਹ ਸਾਰੀਆਂ ਪੋਲੀਟੀਕਲ ਪਾਰਟੀਆਂ ਤੋਂ ਦੰਗ ਦੁਖੀ ਹੋ ਕੇ ਅੱਜ ਉਹੀ ਕਹਿ ਰਹੇ ਨੇ ਵੀ ਆਉਣ ਵਾਲੇ ਸਮੇਂ ਵਿੱਚ ਅਸੀਂ ਆਮ ਆਦਮੀ ਪਾਰਟੀ ਨੂੰ ਵੀ ਮਤਲਬ ਪੰਜਾਬ ਦੇ ਵਿੱਚ